आ देख लो तुसी एमआरपी चेक करो जी जी 3200 एमआरपी वाले 3300 रुपए एमआरपी है जी। ए टोटली फ्री लो जी। मैडम ने बड़ी अनाउंसमेंट करती, पता नहीं हुन वीडियो बनाने दे चक्कर च कर रहे ने जां की कर रहे ने, कहंदे जी 3300 रुपए एमआरपी वाले शू सब नु फ्री। वो किस तरह होएगा जी? हां दस दिन ये किस तरह होएगा जी? ए हैगी है साडे कोल जींस। अच्छा जी, ए जींस है 1000 दीयां। मैडम फिर 1000 रुपए दी जीन लगाओगे नाल शू फ्री कर दोगे? नहीं नहीं नहीं, 1000 दे नाल असी दवांगे 1000 दी दो जींस, इक नाल इक जीन फ्री, इक नाल इक जीन फ्री ते प्लस दवांगे असी शू भी फ्री। की हो गया मैडम जी? लेडी जीन कंपनी दिया एक नाल एक जीन फ्री, 1000 रुपए दी जींस एक नाल एक जींस फ्री, ओ तुसी नाल कहने हो भी शू भी फ्री। करना की पेगा दे लेजी? कुछ नहीं, बस शेयर करना है, अच्छे अच्छे कमेंट पाने ने सर। वीडियो शेयर करने वाले नु वीडियो शेयर करना है जी, ते कमेंट करने ने, ते तुहानू 1899 एमआरपी वाली बेडशीट अगली वीडियो विच 5 लकी कस्टमर्स नु फ्री दित्ती जाएगी जी। जी बिल्कुल, वीडियो नु शेयर करो। और लास्ट वीडियो जिन्ना ने विन कीते, जिन्ना ने शेयर कीती सी, उहनां दे नाम साडे कोल हैगे ने विवेक पांडे जी, अवि सोनी, अमित भाटिया, मोनिका लुधियाना तो चरणप्रीत बट्टा। तो कंग्रेचुलेशन जी, हम तुहाड़ी बारी है, वीडियो शेयर करोंगे तो तुहाड़े नाम अगली वीडियो दे विच असी अनाउंस करांगे। व्यूअर्स नु की अच्छे अच्छे कमेंट करनगे, शेयर करनगे, तो मैं उन्हां नु 500 दी 3 दवांगी, मैं तुहानू प्रॉमिस कीता सी। मैडम 500 रुपए दी 3 शर्ट 3 दित्तियां सी, तुसी कहा सी 2 कर दियो, मैं कहा मैं 3 दवांगी। पर क्या बात है जी, 500 रुपए दे विच 3 शर्ट कोई सोच भी नहीं सकदा। मैडम ने लास्ट टाइम भी कहा सी भी सोचने दी गल दूर हैगी है इस तरह दियां, और जो भी कोई आंदा है मतलब 6 6 लेके आंदे उनका जी कट दो बहुत सारा स्टॉक लेके जाने। मैडम जी ਤੁਸੀਂ ਕੱਲਾ ਵੀਡੀਓ 'ਚ ਹੀ ਰੋਲਾ ਪਾਤਾ ਵੀ ਸੀ ਟੋਪ ਬੜੇ ਸਸਤੇ ਦਿੰਨੇ ਆ, ਤੇ ਲੋਕ ਕਹਿੰਦੇ ਤੁਹਾਡੇ ਕੋਲੇ ਮਾਲ ਤਾਂ ਹੈ ਨਹੀਂ। ਮਾਲ ਨਹੀਂ ਹੈ ਬਿਲਕੁਲ, ਇਹ ਕਿੱਦਾਂ ਹੋ ਗਿਆ? ਮਾਲ ਨਹੀਂ ਹੈ, ਕਿੰਨਾ ਦੱਸੋ ਕਿੰਨੇ ਲੈਣੇ ਤੁਸੀਂ? ਕਿਸ ਰੇਟ ਦੇ ਟੋਪ ਨੇ ਤੁਹਾਡੇ? 500 ਦੇ। ਮੈਡਮ 500 ਰੁਪਏ ਦੇ ਤੁਸੀਂ 5 ਟੋਪ ਆਏ ਸੀ ਵੀਡੀਓ ਦੇ ਵਿੱਚ? ਓ ਸੌਰਵ ਜੀ ਬੋਲਣ ਤਾਂ ਦੋ, 500 ਦੇ ਮਾਰਕੀਟ ਪ੍ਰਾਈਸ ਹੈ, ਸਾਡੇ ਤਾਂ 500 ਦੇ 5 ਨੇ। 500 ਰੁਪਏ ਦੇ 5 ਹੈਗੇ ਨੇ ਜੀ, ਕਿੰਨੇ ਲੈਣੇ ਤੁਸੀਂ ਦੱਸੋ? ਇਹ ਸਾਰੇ 100-100 ਰੁਪਏ ਵਾਲੇ ਟੋਪ ਨੇ, ਸਾਰੇ ਆਰਟੀਕਲ 100-100 ਵਾਲੇ ਨੇ। ਇਹਨਾਂ ਦੇ ਰੇਟ ਤਾਂ ਉੱਪਰ ਬੜਾ ਲਿਖਿਆ ਹੋਇਆ ਜੀ, ਰੇਟ ਤਾਂ ਮੈਂ ਗੱਲ ਕਰੀਏ ਦੇਖੋ 999 ਰੁਪਏ ਲੱਗਿਆ ਹੈ। ਰੇਟ ਕੁਝ ਵੀ ਲਿਖਿਆ ਹੋਵੇ ਜੀ ਉਹਦੇ ਨਾਲ ਕੀ ਫਰਕ ਪੈਂਦਾ? 500 ਰੁਪਏ ਦੇ 5, 500 ਦੇ 5 ਮੈਡਮ ਮਿਲ ਜਾਣਗੇ ਨਾ? ਮੈਂ ਉਹੀ ਕਹਿੰਦਾ, ਲੋਕ ਵੀ ਹੈਰਾਨ ਹੁੰਦੇ ਨੇ, ਲੋਕ ਕਮੈਂਟ ਕਰਕੇ ਪੁੱਛਦੇ ਵੀ ਕਿਵੇਂ ਹੋ ਜਾਊਗਾ, ਕਿਸ ਤਰ੍ਹਾਂ ਦੇ ਦੋਗੇ 500 ਦੇ 5, ਕਿੰਨੇ ਪੈਸੇ? ਇੱਕ ਹੀ ਲਾਈਨ ਵਾਲੀ 500 ਦੀ ਹੈ, ਬਾਕੀ ਵਾਲੇ ਨਹੀਂ? ਸਾਰੇ ਹੈ ਜੀ, ਵਿੱਚ ਸਾਰੇ ਲੱਗਿਆ ਦੇਖੋ, 100 ਤੱਕ ਸਾਰੇ 100 ਰੁਪਏ ਵਾਲੇ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ, ਇਹ ਸਹੀ ਚ ਦਿੰਨੇ ਹੋ ਜਾਂ ਇਕੱਲਾ ਵੀਡੀਓ ਚ ਹੀ ਬੋਲਦੇ ਨੇ ਜੀ? ਵੀਡੀਓ ਚ ਕਿਉਂ ਬੋਲਦੇ ਆ, ਸਾਰੇ ਦੱਸਿਓ ਇਹਨੇ ਤੁਹਾਨੂੰ 100 ਰੁਪਏ ਦੇ ਵਿੱਚ ਟੋਪ ਅੱਜ ਵੀ ਮਿਲ ਰਹੇ ਨੇ, ਜਿਹੜੇ ਕਮੈਂਟ ਕਰਕੇ ਕਹਿੰਦੇ ਵੀ ਨਹੀਂ ਮਿਲਦੇ, ਇੱਥੇ ਤਾਂ ਕੋਈ ਲੱਗੇ ਹੋਏ ਨੇ ਅੱਜ ਵੀ। ਦੇਖੋ ਕਸਟਮਰ ਲੈਣ ਆਏ ਹੋਏ ਨੇ, ਦੇ ਲੈ ਅੱਛਾ ਮੈਡਮ ਨੇ ਜਿਵੇਂ ਲੱਤੇ ਹੋਏ ਨੇ ਉਹ ਸਾਰੇ 100-100 ਰੁਪਏ ਵਾਲੇ ਨੇ ਜੀ? ਬਿਲਕੁਲ ਬਿਲਕੁਲ, 100 ਇਹ ਜਿਵੇਂ ਆਹ ਵਾਲੀ ਲਾਈਨ ਲੱਗੀ ਹੋਈ ਹੈ, ਇਹ ਲਾਈਨ ਲੱਗੀ ਹੋਈ ਹੈ, ਜਿਹੜਾ ਮਰਜ਼ੀ ਇਹ ਚ ਲੈ ਲਓ, ਜਿਵੇਂ ਹੁਣ ਇਹ ਵਾਲਾ ਮੈਂ ਚੱਕ ਲਿਆ, ਇਹ ਵੀ 100 ਰੁਪਏ ਦਾ ਜੀ। ਹਾਂਜੀ ਇਹ ਵੀ 100 ਵਾਲਾ, ਜਿਵੇਂ ਇਹ ਵਾਲਾ ਲੈਣਾ ਹੋਵੇ ਜੀ, ਇਹ ਵੀ 100 ਵਾਲਾ ਜੀ, 100 ਰੁਪਏ ਦੇ ਵਿੱਚ ਇਹ ਵੀ। ਬਿਲਕੁਲ ਬਿਲਕੁਲ, ਜੋ ਮਰਜ਼ੀ ਲੈ ਲਓ ਸਾਰੇ 100 ਰੁਪਏ ਦੇ ਵਿੱਚ। 100 ਵਾਲੇ ਜੀ, ਸਾਰੀ ਵੈਰਾਈਟੀ ਘੱਟੋ ਘੱਟ 100 ਵੈਰਾਈਟੀ ਮੈਂ ਤੁਹਾਨੂੰ ਦੱਸਿਆ ਸੀ, 100 ਆਰਟੀਕਲ ਅਵੇਲੇਬਲ ਨੇ ਤੇ ਸਾਰੇ ਤੁਹਾਨੂੰ 500 ਦੇ 5 ਮਿਲਣਗੇ। ਮਾਰਕੀਟ ਪ੍ਰਾਈਸ ਕੁਝ ਵੀ ਹੋਵੇ, ਸਾਡਾ ਪ੍ਰਾਈਸ ਜਿਹੜਾ 500 ਦੇ 5। ਕੀ ਬਾਤ ਹੈ ਜੀ, ਇਹਨਾਂ ਉੱਪਰ ਤਾਂ ਲਿਖ ਕੇ ਵੀ ਲਗਾਇਆ ਹੋਇਆ ਹੈ 100 ਰੁਪਏ ਦਾ। ਬਿਲਕੁਲ 100 ਦਾ ਲਿਖ ਕੇ ਲਗਾ ਦਿੱਤੇ ਸੀ, ਉੱਤੇ ਟੈਗ ਲਗਾਤੇ ਨੇ ਕਿ ਕਸਟਮਰ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ। ਇਸ ਸਾਰੀ ਆਈਟਮ ਇਸ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ, ਤੇ ਹੋਰ ਜਿਵੇਂ ਆਪਾਂ ਲਾਸਟ ਟਾਈਮ ਦੇ ਵਿੱਚ ਸ਼ਰਟ ਵੀ ਦਿਖਾਈਆਂ ਸੀ ਜੈਂਟਸ ਦੀਆਂ, ਹਾਂਜੀ, ਉਹਨਾਂ ਉੱਪਰ ਵੀ ਰੇਟ ਉਸ ਤਰ੍ਹਾਂ ਦੇ ਮਿਲਣਗੇ। ਬਿਲਕੁਲ ਉਸ ਤਰ੍ਹਾਂ ਦਾ ਹੈਗਾ ਮਾਲ, ਬਹੁਤ ਜ਼ਿਆਦਾ ਵਿਕ ਰਿਹਾ, ਬਹੁਤ ਜ਼ਿਆਦਾ ਪਿਆਰ ਮਿਲਿਆ ਉਸ ਵੀਡੀਓ ਨੂੰ, ਬਹੁਤ ਅੱਛਾ ਲੱਗਿਆ। ਤੁਹਾਨੂੰ ਹੋਰ ਦੁਬਾਰਾ ਤੋਂ ਆਰਟੀਕਲ ਦਿਖਾ ਦਿੰਦੇ ਹਾਂ, ਬਹੁਤ ਸਾਰੀ ਹੱਲੇ ਵੀ ਸਟਾਕ ਅਵੇਲੇਬਲ ਹੈ। ਲੋ ਜੀ ਬਲੇਸਿੰਗ ਰੂਟ ਦੇ ਵਿੱਚ ਜੋ ਪਹਿਲਾਂ ਰੇਟ ਸੀ ਉਹ ਅੱਜ ਵੀ ਮਿਲ ਰਹੇ ਨੇ, ਇਹ ਸਾਰੇ 100 ਰੁਪਏ ਦੇ ਟੋਪ ਜਿਹੜੇ ਤੁਹਾਨੂੰ ਦਿਖਾਏ ਸੀ। ਇਸ ਤੋਂ ਨਾਲ ਆਪਾਂ ਇੱਕ ਸ਼ਰਟ ਦਿਖਾਈਆਂ ਸੀ ਜਿਹੜੀ ਮਾਰਕੀਟ ਦੇ ਵਿੱਚ 600-700 ਰੁਪਏ ਦੀ ਸੇਲ ਹੁੰਦੀ ਹੈ, ਹਾਂਜੀ ਉਹਦੇ ਉੱਪਰ ਵੀ। ਜੀ ਜੀ ਬਿਲਕੁਲ ਬਿਲਕੁਲ, ਉਹ ਵੀ ਦਿਖਾ ਦਿੰਨੀ ਆ ਤੁਹਾਨੂੰ ਕਰਨ ਵਾਲੇ। ਮੈਡਮ ਲੋਕਾਂ ਨੇ ਆ ਜਾਣਾ ਸਕਰੀਨਸ਼ਾਟ ਲੈ ਲੈ ਕੇ ਜੀ, ਇਸ ਤਰ੍ਹਾਂ ਦੀਆਂ ਜੀਨ, ਲੇਡੀ ਜੀਨ 1000 ਰੁਪਏ ਦੀਆਂ ਦੋ, ਔਰ ਨਾਲ ਵੀਡੀਓ ਸ਼ੇਅਰ ਕਰਦੇ ਹੋ ਤਾਂ ਸ਼ੂਜ਼ ਉਹ ਮਰਜ਼ੀ ਆਪਣੀ ਮਰਜ਼ੀ ਦਾ ਲੈ ਜਾਣਗੇ। ਇਹਦੇ ਵਿੱਚ 5 6 7 8 ਹਰ ਤਰ੍ਹਾਂ ਦਾ ਸਾਈਜ਼ ਅਵੇਲੇਬਲ ਹੈ, ਲੇਡੀਜ਼ ਦਾ ਜੋ ਨਾਰਮਲ ਸਾਈਜ਼ ਹੁੰਦਾ ਜੀ 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 ਮਿਲੇਗਾ ਤੁਹਾਨੂੰ। ਤੁਸੀਂ ਪਸੰਦ ਕਰ ਲਓ, ਸਕਰੀਨਸ਼ਾਟ ਲੈ ਲਓ, ਜੋ ਮਰਜ਼ੀ ਸ਼ੂ ਤੁਹਾਨੂੰ ਪਸੰਦ ਆਂਦਾ, ਬਸ ਵੀਡੀਓ ਸ਼ੇਅਰ ਕੀਤੀ ਹੋਈ ਦਿਖਾ ਦਿਓ। ਪਹਿਲਾਂ ਤਾਂ ਇੱਕ ਨਾਲ ਇੱਕ ਜੀਨਸ ਫ੍ਰੀ, ਫਿਰ ਨਾਲ ਸ਼ੂ ਵੀ ਫ੍ਰੀ। ਹਾਂਜੀ ਮੈਡਮ, ਮੁੱਕਰਨਾ ਜਾਈਓ ਵੱਜ ਕੇ ਦੇ ਮੁੱਕਰਦੇ ਜੀ, ਕਿਉਂ ਮੁੱਕਰਨਾ? ਕੀ ਬਾਤ ਹੈ ਜੀ, ਇਹ ਤਾਂ ਸਭ ਤੋਂ ਵੱਡਾ ਧਮਾਕਾ ਵਾਕਈ ਜੀ ਕਰਤਾ, ਉਹ ਟੋਟਲੀ ਕੰਪਨੀ ਦੀਆਂ ਹੋਣ ਵਾਲੀਆਂ ਨੇ, ਇਹ ਤਾਂ ਪੂਰਾ ਮੇਲਾ ਲੱਗ ਜਾਣਾ ਜਿੱਥੇ ਤਾਂ ਮੇਲਾ ਹੀ ਤਾਂ ਲਾਣਾ ਸਰ। ਲੋ ਜੀ ਇਹ ਵਾਲੀ ਸ਼ਰਟ ਸੀ ਜੀ, ਮਾਰਕੀਟ ਦੇ ਵਿੱਚ 700-800 ਰੁਪਏ ਦੀ ਸੇਲ ਹੁੰਦੀ ਹੈ, ਇਸ ਦਾ ਰੇਟ ਤੁਹਾਡਾ ਕਿੰਨਾ ਸੀਗਾ ਜੀ? 500 ਦੀਆਂ। 500 ਰੁਪਏ ਤੁਹਾਡੇ ਕਹਿਣ ਤੇ ਤੁਹਾਡੇ ਵਿਊਅਰਸ ਨੂੰ ਕਿ ਅੱਛੇ ਅੱਛੇ ਕਮੈਂਟ ਕਰਨਗੇ, ਸ਼ੇਅਰ ਕਰਨਗੇ, ਤਾਂ ਮੈਂ ਉਹਨਾਂ ਨੂੰ 500 ਦੀਆਂ 3 ਦਵਾਂਗੀ, ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀ। ਮੈਡਮ 500 ਰੁਪਏ ਦੀਆਂ 3 ਸ਼ਰਟ 3 ਦਿੱਤੀਆਂ ਸੀ, ਤੁਸੀਂ ਕਿਹਾ ਸੀ 2 ਕਰ ਦਿਓ, ਮੈਂ ਕਿਹਾ ਮੈਂ 3 ਦਵਾਂਗੀ। ਪਰ ਕੀ ਕਰਨੇ ਨੇ 500 ਰੁਪਏ ਦੇ ਵਿੱਚ 3 ਸ਼ਰਟ ਕੋਈ ਸੋਚ ਵੀ ਨਹੀਂ ਸਕਦਾ। ਮੈਡਮ ਨੇ ਲਾਸਟ ਟਾਈਮ ਵੀ ਕਿਹਾ ਸੀ ਵੀ ਸੋਚਣੇ ਦੀ ਵੀ ਗੱਲ ਦੂਰ ਹੈਗੀ ਹੈ ਇਸ ਤਰ੍ਹਾਂ ਦੀਆਂ, ਔਰ ਜੋ ਵੀ ਕੋਈ ਆਂਦਾ ਹੈ ਮਤਲਬ 6 6 ਲੈ ਕੇ ਜਾਂਦੇ ਉਹਨਾਂ ਦੀ ਘੱਟ ਤੋਂ ਘੱਟ। ਬਹੁਤ ਸਾਰਾ ਸਟਾਕ ਲੈ ਕੇ ਜਾਂਦੇ ਨੇ ਕਸਟਮਰਸ, ਹੋਲਸੇਲਰ ਬਹੁਤ ਕੰਟੈਕਟ ਕਰ ਰਹੇ ਨੇ, ਬਹੁਤ ਸਾਰਾ ਸਟਾਕ ਲੈ ਕੇ ਜਾਂਦੇ ਨੇ। ਇਹ ਦੇਖੋ ਇਸ ਤਰ੍ਹਾਂ ਦੀਆਂ ਸ਼ਰਟ, ਔਰ 500 ਰੁਪਏ ਦੇ ਵਿੱਚ 3 ਪੀਸ, ਸਾਈਜ਼ ਵੀ ਸਾਰੇ ਤੁਹਾਨੂੰ ਇਹਦੇ ਵਿੱਚ ਮਿਲ ਜਾਣਗੇ।
क्या बात है जी। टी शर्ट ਦੇ ਵਿੱਚ ਵੀ ਕੋਈ ਆਈਟਮ ਆਈ ਹੋਈ ਤੁਹਾਡੇ ਕੋਲ? ਹਾਂ, ਟੀ ਸ਼ਰਟਸ ਵਿੱਚ ਹੋਰ ਵੀ ਹੈ, ਸਾਰੀ ਬਹੁਤ ਸਾਰੀ ਵੈਰਾਈਟੀ ਆ ਚੁੱਕੀ ਹੈ ਸਾਡੇ ਕੋਲ। ਇਹ ਦੇਖੋ, ਇਹ ਸਾਡਾ ਇਹ ਨਵੀਂ ਟੀ ਸ਼ਰਟ ਅੱਜ ਹੀ ਅਸੀਂ ਲੈ ਕੇ ਆਏ ਆ ਸਟਾਕ 'ਚ। ਅੱਛਾ ਜੀ, ਬ੍ਰਾਂਡ ਦਾ ਨਾਮ ਤਾਂ ਨਹੀਂ ਮਿਲਾਵਾਂਗੀ ਜੀ, ਪਰ ਬ੍ਰਾਂਡਡ ਟੀ ਸ਼ਰਟਸ ਨੇ, ਇਹਨਾਂ ਦੀ ਕਾਸਟ ਅਸੀਂ ਕਰਤੀ ਹੈ ਜੀ 350 350 ਦੇ ਵਿੱਚ, 350 ਦੀ 350 ਰੁਪਏ ਦੇ ਵਿੱਚ ਤੁਹਾਨੂੰ ਬ੍ਰਾਂਡਡ ਟੀ ਸ਼ਰਟ ਮਿਲ ਜਾਣਗੀਆਂ, ਔਰ ਇਹਦੇ ਵਿੱਚ ਸਾਰੇ ਸਾਈਜ਼ ਵੀ ਮਿਲਣਗੇ, ਅਲੱਗ ਅਲੱਗ ਆਰਟੀਕਲ ਵੀ ਮਿਲ ਜਾਣਗੇ ਕਾਫੀ ਸਾਰੇ। ਇੱਕ 500 ਰੁਪਏ ਦੀਆਂ ਦੋ ਟੀ ਸ਼ਰਟ ਵੀ ਦਿਖਾਈਆਂ ਸੀ ਲਾਸਟ ਟਾਈਮ ਜੀ, 500 ਦੀਆਂ ਦੋ ਟੀ ਸ਼ਰਟਸ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਜੀ, ਕਿ ਦੋ ਨਹੀਂ ਸੀ ਵੈਸੇ, ਉਹ ਵੀ ਅਸੀਂ ਕਰ ਦਿੱਤੀਆਂ ਜੀ, ਹੁਣ 500 ਦੀਆਂ ਤਿੰਨ, 500 ਰੁਪਏ ਦੀਆਂ ਤਿੰਨ ਜੀ, ਇਹ ਵੀ 500 ਦੀਆਂ ਤਿੰਨ। ਮੈਡਮ ਖਾਲੀ ਖੁੱਲੀ ਤਾਂ ਨਹੀਂ ਕਰਨੀ ਦੁਕਾਨ, ਇੰਨੇ ਰੇਟ ਘੱਟ ਦੇ ਜਾਂਦੇ? ਨਹੀਂ ਜੀ, ਖਾਲੀ ਨਹੀਂ, ਸਾਡਾ ਚੱਲਦਾ ਰਹਿੰਦਾ ਜੀ, ਪੂਰਾ ਸਾਲ ਕਰਦੇ ਆਂ ਅਸੀਂ। ਕੀ ਬਾਤ ਹੈ ਜੀ, 500 ਰੁਪਏ ਦੇ ਵਿੱਚ ਤਿੰਨ ਤੇ ਆਰਟੀਕਲਸ, ਕਲਰਸ ਦੇਖ ਲਓ, ਬਹੁਤ ਸਾਰੇ ਕਲਰਸ ਅਵੇਲੇਬਲ ਨੇ। ਕੀ ਬਾਤ ਹੈ, ਇਹਨੇ ਡਰਾਈ ਫਿਟ ਲੋਅਰ ਵੀ ਤੁਹਾਡੇ ਕੋਲੇ ਕਾਫੀ ਆਈਟਮ ਪਈ ਹੈ ਜੀ। ਹਾਂਜੀ, ਇਹ ਵੀ ਕੋਈ ਬ੍ਰਾਂਡ ਦੇ ਨੇ ਜੀ, ਵੈਸੇ ਸਿੰਪਲ ਹੀ ਨੇ ਜੀ, ਬਹੁਤ ਵਧੀਆ ਬ੍ਰਾਂਡ ਦੇ ਨੇ ਸਰ। ਅੱਛਾ ਜੀ, ਬਹੁਤ ਵਧੀਆ ਬ੍ਰਾਂਡ ਦੇ ਨੇ ਇਹ। ਇਹਨਾਂ ਦੇ ਕੀ ਰੇਟ ਚੱਲ ਰਹੇ ਹੈ, ਮਾਰਕੀਟ ਦਾ ਕੀ ਰੇਟ ਹੁੰਦਾ ਇਹਨਾਂ ਦਾ? ਇਹਨਾਂ ਦਾ ਦੇਖੋ, ਮਾਰਕੀਟ ਵਿੱਚ ਤਾਂ 600 650 700 ਦੀ ਰੇਂਜ ਮਿਲ ਜਾਂਦਾ। ਅੱਛਾ ਜੀ, ਪਰ ਤੁਸੀਂ ਬਲੇਸਿੰਗ ਰੂਟਸ ਆਏ ਹੋ ਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਜੀ 1000 ਦੇ ਤਿੰਨ ਲੋਅਰ, 1000 ਦੇ ਤਿੰਨ ਪੀਸ ਜੀ, 1000 ਦੇ ਤਿੰਨ। ਲਓ ਜੀ, ਬ੍ਰਾਂਡਡ ਲੋਅਰ ਵੀ ਤੁਹਾਨੂੰ ਮਿਲ ਜਾਣਗੇ, ਉਹ ਵੀ ਡਰਾਈ ਫਿਟ ਦੇ ਵਿੱਚ, 1000 ਰੁਪਏ ਦੇ ਵਿੱਚ ਤਿੰਨ ਪੀਸ, ਔਰ ਇਹਦੇ ਵਿੱਚ ਸਾਈਜ਼ਸ ਵੀ ਮਿਲ ਜਾਂਦੇ ਸਾਰੇ, ਸਾਈਜ਼ਸ ਵਿੱਚ ਸਾਰੇ ਅਵੇਲੇਬਲ ਹੈ, ਵੈਸੇ ਵੀ ਇੱਕ ਸਾਈਜ਼ ਵੱਡਾ ਹੀ ਹੁੰਦਾ ਇਹਨਾਂ ਦਾ। ਕੀ ਬਾਤ ਹੈ ਜੀ, ਆਈਟਮ 'ਚ ਦੇਖੋ ਜੀ, ਸ਼ਾਰਟਸ ਨੇ, ਬਹੁਤ ਅੱਛੀਆਂ ਵਿਕਦੀਆਂ ਨੇ, ਇਹ ਵੀ ਬਹੁਤ ਡਿਮਾਂਡਿੰਗ ਨੇ ਇਹ, ਤੇ ਇਹਦੀ ਵੀ ਅਸੀਂ ਪ੍ਰਾਈਸਿੰਗ ਬੜੀ ਵਧੀਆ ਕਰਤੀ ਹੈ, 500 ਫॉर 2, 500 ਰੁਪਏ ਦੇ ਦੋ ਜੀ, 500 ਰੁਪਏ ਦੇ ਦੋ, ਇਹਦੇ ਵਿੱਚ ਬਹੁਤ ਸਾਰੇ ਆਰਟੀਕਲਸ ਅਵੇਲੇਬਲ ਨੇ, ਬੱਚੇ ਵੀ ਵੇਅਰ ਕਰ ਸਕਦੇ, ਲੇਡੀਜ਼ ਵਾਸਤੇ ਵੀ ਨੇ। ਜਿਵੇਂ ਇਹ ਕੀ ਆਈਟਮ ਪਈ ਹੈ ਨਾਲ? ਇਹ ਸਕਰਟਸ ਨੇ ਜੀ, ਸਕਰਟਸ। ਇਹ ਕਿਸ ਰੇਂਜ ਦੇ ਹੁੰਦੇ ਨੇ ਜੀ? ਇਹ ਸਕਰਟਸ ਵੀ ਅਸੀਂ ਕਰਤੀ ਹੈ ਜੀ, ਵੈਸੇ ਤਾਂ ਮਾਰਕੀਟ ਵਿੱਚ 500-600 ਨਾਲ ਆਰਾਮ ਨਾਲ ਵਿਕ ਜਾਂਦੀ ਹੈ ਜੀ, ਇਹ ਵੀ ਅਸੀਂ ਕਰਤੀ ਹੈ ਜੀ 500 ਦੀਆਂ ਦੋ, 500 ਰੁਪਏ ਚ ਦੋ, 500 ਦੀਆਂ ਦੋ, ਕੀ ਬਾਤ ਹੈ ਜੀ, ਬਹੁਤ ਅੱਛੇ ਅੱਛੇ ਆਰਟੀਕਲਸ ਅਵੇਲੇਬਲ ਨੇ। 899 ਰੁਪਏ ਤੱਕ MRP ਹੈਗੇ ਨੇ, ਉਹ ਸਾਰੀ ਇਹ ਵੀ ਕੰਪਨੀ ਦੀਆਂ ਨੇ, ਲੇਕਿਨ ਅੱਜ ਤੁਹਾਨੂੰ ਇਹ ਵੀ 500 ਰੁਪਏ ਦੇ ਵਿੱਚ ਦੋ, ਬਹੁਤ ਹੀ ਜ਼ਿਆਦਾ ਸ਼ਾਨਦਾਰ। ਇੱਕ ਹੋਰ ਮੈਂ ਤੁਹਾਨੂੰ ਵਧੀਆ ਜੀ ਸਪੈਗਡੀਜ਼ ਦਿਖਾ ਰਹੀ ਹਾਂ ਜੀ, ਬਹੁਤ ਹੀ ਅੱਛੇ ਬ੍ਰਾਂਡ ਦੀ, ਅੰਡਰ ਆਰਮਰ USA ਦਾ ਬ੍ਰਾਂਡ ਹੈ ਜੀ, ਬਿਲਕੁਲ। ਪਹਿਲਾਂ ਵੀ ਬਹੁਤ ਸਟਾਕ ਆਇਆ ਸੀ ਇਹਦਾ, ਜਲਦੀ ਖਤਮ ਹੋ ਜਾਂਦਾ ਹੈ, ਥੋੜਾ ਮੇਰੇ ਕੋਲ ਵੀ ਪਿਆ ਹੋਇਆ ਸਟਾਕ, ਤਾਂ ਮੈਂ ਕਿ ਤੁਹਾਨੂੰ ਦਿਖਾ ਦਵਾਂ। ਇਹ ਵਾਲਾ ਹੈਗਾ ਜੀ, ਇਹ ਤਕਰੀਬਨ ਅਸੀਂ ਦੇ ਰਹੇ ਹਾਂ ਜੀ 80% ਆਫ ਤੇ ਮਾਰਕੀਟ। ਹਾਂ, ਇਹਨਾਂ ਦੇ ਖੁਦ ਦੇ ਸ਼ੋਰੂਮ ਤੇ ਵੀ ਲੈਸ ਬਿਲਕੁਲ ਨਹੀਂ ਹੁੰਦੀ, ਪਰ ਅਸੀਂ ਇਹ MRP ਲੱਗੀ ਹੋਈ ਹੈ, ਜਿਵੇਂ MRP ਤੋਂ ਅਸੀਂ ਤੁਹਾਨੂੰ 80% ਆਫ ਤੇ ਦੇ ਦਿੰਦੇ ਹਾਂ। ਅੰਡਰ ਆਰਮਰ ਦੇ ਵਿੱਚ ਵੈਸੇ ਨਾਰਮਲੀ ਆਂਦਾ ਨਹੀਂ ਜੀ, ਨਾ ਤਾਂ ਆਨਲਾਈਨ ਕਿਤੇ ਵੀ ਡਿਸਕਾਊਂਟ ਮਿਲਦਾ, ਨਾ ਹੀ ਸ਼ੋਰੂਮ ਤੇ ਮਿਲਦਾ, ਨਹੀਂ ਮਿਲਦਾ, ਪਰ ਇਸ ਤੇ ਵੀ 80% ਡਿਸਕਾਊਂਟ ਦੇ ਦਿੰਦੇ ਹਾਂ, ਇਹਦੇ ਤੇ ਵੀ 80% ਕਰਾਂਗੇ ਜੀ, ਅਲੱਗ ਅਲੱਗ ਤਰ੍ਹਾਂ ਦੀਆਂ ਸਪੈਗਟੀਜ਼ ਹੈਗੀਆਂ, ਮੇਨਲੀ ਜਿਮ ਵੇਅਰ ਲੱਗ ਰਹੇ ਤੁਹਾਡੇ ਕੋਲੇ ਨਾ? ਜਿਮ ਵੇਅਰ, ਬਿਲਕੁਲ ਬਿਲਕੁਲ। ਮਾਰਕੀਟ ਵਿੱਚ 500-600 ਦੀ ਰੇਂਜ ਦੇ ਵਿਕਣ ਵਾਲੇ ਬੱਚਿਆਂ ਦੇ ਸ਼ੂ ਜੀ, ਇਹ ਵੀ ਅਸੀਂ ਤੁਹਾਨੂੰ ਦੇ ਦੇਣੇ ਜੀ 99 ਰੁਪੀਸ, ਸਿਰਫ 99 ਦੇ ਵਿੱਚ, ਸਿਰਫ 99 ਰੁਪੀਸ ਦੇ। ਕੀ ਬਾਤ ਹੈ ਜੀ, ਸਾਡੇ ਇੱਥੇ ਕਰਨੀ ਪੈਣੀ ਹੈ ਜੀ 2000 ਦੀ ਸ਼ਾਪਿੰਗ, ਤੇ ਤੁਸੀਂ ਸਿਰਫ 99 ਪੇ ਕਰਕੇ ਬੱਚਿਆਂ ਦਾ ਕੋਈ ਵੀ ਸਾਈਜ਼ ਦਾ ਤੁਸੀਂ ਸ਼ੂ ਜਿਹੜਾ ਲੈ ਜਾ ਸਕਦੇ ਹੋ, ਸਿਰਫ 99 ਦੇ ਵਿੱਚ। ਹਾਂਜੀ ਹਾਂਜੀ, ਕੀ ਬਾਤ ਹੈ, ਤੁਸੀਂ ਦੇਖ ਸਕਦੇ ਹੋ ਓਨਲੀ 99 ਦੇ ਵਿੱਚ, ਤੁਸੀਂ ਸੋਚ ਵੀ ਨਹੀਂ ਸਕਦੇ, ਲੇਕਿਨ ਬਲੇਸਿੰਗ ਰੂਟ ਦੇ ਮੈਡਮ ਇਹ ਕਹਿੰਦੇ ਜਿਹੜਾ ਤੁਸੀਂ ਨਹੀਂ ਸੋਚ ਸਕਦੇ ਉਹ ਇਹ ਸੇਲ ਦੇ ਵਿੱਚ ਦਿੰਦੇ ਨੇ, ਬਹੁਤ ਹੀ ਜ਼ਿਆਦਾ ਸ਼ਾਨਦਾਰ। ਮੈਡਮ ਇਹ ਬੈਡਸ਼ੀਟ ਆਪਾਂ ਲਾਸਟ ਵਾਰ ਵੀ ਬਹੁਤ ਜ਼ਿਆਦਾ ਸੇਲ ਕੀਤੀ ਸੀ, ਕਿਉਂਕਿ ਇਹਦੇ ਰੇਟ ਹੀ ਇੰਨੇ ਘੱਟ ਸੀ, MRP 1899 ਰੁਪਏ ਹੈ। ਹਾਂਜੀ, ਤੇ ਅੱਜ ਇਹਦਾ ਕੀ ਰੇਟ ਹੋਣ ਵਾਲਾ ਜੀ? ਇਹਦਾ ਰੇਟ ਅਸੀਂ ਕਰ ਦੇਣਾ ਜੀ 1200 ਦੀਆਂ, ਅੱਛਾ ਜੀ, 1 2 ਨਹੀਂ 3, 1200 ਦੀਆਂ 3 ਜੀ, ਇਹ ਵੀ 3, ਕੀ ਬਾਤ ਹੈ, ਕੋਟਨ ਦੀ ਬੈਡਸ਼ੀਟ ਹੈ, ਫੁੱਲ ਸਾਈਜ਼ ਦੇ ਵਿੱਚ ਹੈ, ਡਿਜ਼ਾਈਨ ਕਾਫੀ ਸਾਰੇ ਮਿਲ ਜਾਣਗੇ, ਸੈਂਪਲ ਤੁਹਾਨੂੰ ਦਿਖਾ ਰਹੇ ਹਾਂ, ਔਰ 1200 ਰੁਪਏ ਦੀ 3 ਪੀਸ ਇਹ ਵੀ। ਹਾਂਜੀ, ਬਹੁਤ ਹੀ ਜ਼ਿਆਦਾ ਵਧੀਆ।